पूरे सूबे विच मानसून जिथे राहत लेके आया है उत्थे ही कई थावां ते इस बरसात ने आफत भी खड़ी की है। असी इस टाइम खड़े हाँ भवानीगढ़ के बिजली बोर्ड दफ्तर के विच उहदे असी तुहानूं हालात दिखाउणे कि किस तरह की बिल्डिंग के विच कर्मचारी काम करन दे लई मजबूर ने। असी लै चलदे हाँ ये असी दिखावांगे खपतकार कलर्क जिहड़ी शाखा हैगी है असी इस टाइम उत्थे मौजूद हाँ उत्थे तुहानूं दिखाउंदे हाँ कैमरामैन नूं कहांगे कि इत्थों दे हालात दिखाए जाण कि किस तरह कर्मचारी टिप टिप कर दियां छत्तां दे हेठ जिहड़ा काम कर लई मजबूर ने। इत्थे कर्मचारी भी मौजूद ने उहनां नाल गल करदे हैं। ਕਮਨਦੀਪ ਸਿੰਘ ਕਮਨ ਜੀ, ਅਸੀਂ ਦੇਖ ਰਹੇ ਹਾਂ ਕਿ ਛੱਤਾਂ ਚੂਰੀਆਂ ਨੇ, ਪਾਣੀ ਖੜਾ ਹੈ ਬਿਜਲੀ ਬੋਰਡ ਦੇ ਵਿੱਚ, ਕਿਸ ਤਰ੍ਹਾਂ ਕੰਮ ਕਰਦੇ ਕੰਮ? ਇਹ ਜਿਵੇਂ ਦਾ ਮਾਹੌਲ ਆ ਉਵੇਂ ਐਡਜਸਟ ਹੋਣਾ ਪੈਂਦਾ, ਕਰੀ ਜਾਂਦੇ ਜਿੰਨਾ ਕੁ ਹੁੰਦਾ ਕਰੀ ਜਾਂਦਾ। ਖਪਤਕਾਰ ਨਹੀਂ ਪਰੇਸ਼ਾਨ ਹੁੰਦੇ? ਪਰੇਸ਼ਾਨੀ ਤਾਂ ਹੈਗੀ ਹੈ ਸਰ, ਸਾਰਿਆਂ ਨੂੰ ਪਰੇਸ਼ਾਨੀ ਹੈ, ਖਪਤਕਾਰ ਨੂੰ ਵੀ ਹੈ, ਸਾਨੂੰ ਵੀ ਹੈ, ਸਾਡਾ ਵੀ ਕੰਮ ਵਧ ਜਾਂਦਾ, ਸਿਸਟਮ ਨਹੀਂ ਚੱਲਦਾ, ਸਾਈਡ 'ਤੇ ਲਾਇਆ ਹੋਇਆ ਵੀ ਪਾਣੀ ਨਾ ਪੈ ਜਾਵੇ, ਠੀਕ ਹੈ, ਹੋਰ ਤਾਂ ਕੁਛ ਨਹੀਂ। ਇੱਕ ਨਹੀਂ ਚਾਰ ਚਾਰ ਕਮਰਿਆਂ ਦੇ ਵਿੱਚ ਪਾਣੀ ਜਿਹੜਾ ਹੈਗਾ ਤਿਪ ਤਿਪ ਕਰਕੇ ਛੂ ਰਿਹਾ, ਰਿਕਾਰਡ ਨਹੀਂ ਖਰਾਬ ਹੁੰਦਾ ਜਾਂ ਤੁਹਾਡਾ ਕੰਪਿਊਟਰ ਹੈ ਸੈਟਅਪ ਪੂਰਾ ਜਿਹੜਾ ਹੈਗਾ? ਜੇ ਧਿਆਨ ਨਾ ਹੋਵੇ ਫਿਰ ਹੋ ਜਾਂਦਾ ਸਰ। ਹੁਣ ਜਿਵੇਂ ਦਿਨੇ ਮੀਂਹ ਪੈ ਰਿਹਾ, ਹੁਣ ਅਸੀਂ ਆਪਦਾ ਸਮਾਨ ਸੰਭਾਲ ਲਿਆ ਗਾ, ਜੇ ਰਾਤ ਹਨੇਰੇ ਸਵੇਰੇ ਹੋਵੇ ਫਿਰ ਔਖਾ ਹੋ ਜਾਂਦਾ, ਠੀਕ ਹੈ। ਹਾਂਜੀ, ਕੀ ਅਧਿਕਾਰੀਆਂ ਦਾ ਕੀ ਕਹਿਣਾ ਇਸ ਬਾਰੇ? ਉਹ ਉੱਚ ਅਧਿਕਾਰੀ ਦੱਸ ਸਕਦੇ ਸਰ, ਉਹਦੇ ਬਾਰੇ ਕੁਛ ਨਹੀਂ। ਅਤੇ ਅਸੀਂ ਇਸ ਤੋਂ ਬਾਅਦ ਕੈਸ਼ੀਅਰ ਰੂਮ ਦੇ ਵਿੱਚ ਚੱਲਾਂਗੇ, ਉੱਥੇ ਦਾ ਤੁਹਾਨੂੰ ਨਜ਼ਾਰਾ ਦਿਖਾਵਾਂਗੇ ਕਿਸ ਤਰ੍ਹਾਂ ਦਾ ਨਜ਼ਾਰਾ। ਕਮਰੇ ਦੇ ਵਿੱਚ ਪਾਣੀ, ਮੈਂ ਕੈਮਰਾਮੈਨ ਕਹੂੰਗਾ ਪਾਣੀ ਦਿਖਾਇਆ ਜਾਵੇ, ਅਤੇ ਉੱਪਰੋਂ ਜਿਹੜਾ ਪਾਣੀ ਟਪਕ ਰਿਹਾ ਛੱਤਾਂ ਦੀ, ਤੁਸੀਂ ਖਸਤਾ ਹਾਲਤ ਨੂੰ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਖਲਿੱਪਣ ਨੇ ਜਿਹੜੇ ਉੱਤਰ ਕੇ ਹੇਠਾਂ ਗਿਰ ਚੁੱਕੇ ਨੇ। ਉਸ ਤੋਂ ਇਲਾਵਾ ਪਾਣੀ ਵੀ ਚੂ ਰਿਹਾ। ਇੱਥੇ ਕਰਮਚਾਰੀ ਮੌਜੂਦ ਨੇ। ਮੈਡਮ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਕਮਲਜੀਤ। ਮੈਡਮ, ਅਸੀਂ ਦੇਖ ਰਹੇ ਹਾਂ ਕਿ ਬਿਜਲੀ ਬੋਰਡ ਦਾ ਦਫ਼ਤਰ ਹੈ, ਲੇਕਿਨ ਛੱਤਾਂ ਜਿਹੜੀਆਂ ਚੂੜੀਆਂ ਨੇ, ਪਾਣੀ ਅੰਦਰ ਹੈ, ਖਪਤਕਾਰ ਕਿਵੇਂ ਆਊਗਾ? ਸਰ ਬਾਹਰ ਦੇਖੋ, ਹੁਣ ਬਾਹਰ ਵੀ ਖੜਨ ਦੀ ਜਗ੍ਹਾ ਨਹੀਂ ਹੈਗੀ, ਅਤੇ ਇਸ ਕਰਕੇ ਨਾ ਉਹ ਫਿਰ ਇੱਧਰ ਦੀ ਆ ਰਹੇ ਨੇ ਭਰਨ ਵਾਸਤੇ, ਅਤੇ ਪਾਣੀ ਵੀ ਹੁਣ ਦੇਖੋ ਆ ਪੱਖੇ ਤੱਕ ਪੂਰਾ ਆਇਆ ਪਿਆ। ਬਸ ਮੈਨੂੰ ਐਂ ਡਰ ਆ ਵੀ ਕਿਤੇ ਆਹ ਦੋ ਕੁ ਗਿੱਠਾਂ ਤੱਕ ਵੀ ਲਾ ਕੇ ਕਿਤੇ ਕੈਸ਼ ਨਾ ਭੇਜ ਜੇ। ਛੱਤ ਵੀ ਗਿਰ ਸਕਦੀ ਹੈ, ਵੀ ਲੱਗਦਾ ਤੁਹਾਨੂੰ ਖਲੇਪੜ ਜੇ? ਕਦੀ ਕਦੀ ਸਰ ਖਲੇਪੜ ਜੇ ਗਿਰ ਜਾਂਦੇ ਹੈਗੇ। ਅਤੇ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਹੈ, ਡਿਪਾਰਟਮੈਂਟ ਕਿਉਂ ਨਹੀਂ ਧਿਆਨ ਦੇ ਰਹੀ? ਤਾਂ ਇਹ ਸਨ ਕੈਸ਼ੀਅਰ ਰੂਮ ਦੇ ਹਾਲ, ਅਸੀਂ ਤੁਹਾਨੂੰ ਦਿਖਾਇਆ ਸੀਗਾ। ਇਸ ਤੋਂ ਇਲਾਵਾ ਅਸੀਂ ਹੋਰ ਕਮਰਿਆਂ ਦਾ ਹਾਲ ਵੀ ਦਿਖਾਉਣੇ ਹਾਂ। ਮਾਲ ਸ਼ਾਖਾ ਦੇ ਵਿੱਚ, ਮਾਲ ਸ਼ਾਖਾ ਦੇ ਵਿੱਚ ਇਹ ਮਾਲ ਸ਼ਾਖਾ ਹੈ ਬਿਜਲੀ ਬੋਰਡ ਦੀ, ਅਤੇ ਇੱਥੇ ਇੱਥੇ ਕਰਮਚਾਰੀ ਕੰਮ ਕਰ ਰਹੇ ਨੇ। ਅਤੇ ਆ ਹੁਣੀ ਹੁਣੀ ਦਿਖਾ ਦਈਏ ਕਿ ਖਲੇਪੜ ਜਿਹੜਾ ਹੈਗਾ ਉੱਤਰ ਕੇ ਇੱਥੇ ਕੂਲਰ 'ਤੇ ਗਿਰਿਆ, ਅਤੇ ਜਿਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਮੁਲਾਜ਼ਮ ਨੇ ਜਾਂ ਕਰਮਚਾਰੀ ਨੇ ਉਹ ਬਿਲਕੁਲ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇੱਥੇ ਕੰਮ ਕਰਨ ਲਈ ਮਜਬੂਰ ਹੋ ਰਹੇ ਨੇ। ਅਤੇ ਇੱਥੇ ਸਾਡੇ ਨਾਲ ਹੋਰ ਮੁਲਾਜ਼ਮ ਮੌਜੂਦ ਨੇ, ਉਹਨਾਂ ਤੋਂ ਵੀ ਪੁੱਛਦਾ ਕਿ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ। ਮੈਮ, ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ? ਅਸੀਂ ਦੇਖ ਰਹੇ ਹਾਂ ਕਿ ਪੂਰੀ ਖਸਤਾ ਹਾਲਤ ਬਿਲਡਿੰਗ ਹੈ। ਹਾਂਜੀ, ਖਸਤਾ ਹਾਲਤ ਬਹੁਤ ਆ ਬਿਲਡਿੰਗ ਦੀ। ਇੱਥੇ ਕੰਜ਼ੂਮਰ ਖੜੇ ਸੀਗੇ, ਇੱਥੇ ਖੜੇ ਵੀ ਨੇ ਸਾਡੇ ਨਾਲ, ਅਚਾਨਕ ਹੀ ਉੱਥੋਂ ਗਿਰ ਗਿਆ ਉੱਪਰੋਂ। ਇਹ ਲਗਾਤਾਰ ਹੋ ਰਿਹਾ, ਪਹਿਲਾਂ ਐਸਡੀਓ ਦੇ ਕਮਰੇ ਦੇ ਵਿੱਚ ਵੀ ਗਿਰਿਆ ਸੀਗਾ ਇੱਕ ਵਾਰੀ, ਅਤੇ ਮਤਲਬ ਕੋਈ ਪਤਾ ਨਹੀਂ ਕਿੱਥੋਂ ਕਿੱਥੋਂ ਗਿਰ ਜੇ, ਕਿਸੇ ਦੀ ਸੱਟ ਵੀ ਲੱਗ ਸਕਦੀ ਹੈਗੀ। ਬਾਕੀ ਜਿਵੇਂ ਪਹਿਲਾਂ ਹਰੇ ਸਰ ਨੇ ਦੱਸਿਆ ਸੀਗਾ ਵੀ ਅਸੀਂ ਪਹਿਲਾਂ ਵੀ ਉੱਥੇ ਚਿੱਠੀਆਂ ਪਾਉਂਦੇ ਰਹਿੰਦੇ ਹਾਂ ਵੀ ਹਾਲਤ ਖਰਾਬ ਆ, ਥੋੜ੍ਹੀ ਉਹਦੀ ਸੁਧਾਰ ਕੀਤਾ ਜਾਵੇ। ਬਾਕੀ ਹੋਰ ਵੀ ਪ੍ਰੋਬਲਮ ਆ, ਵਾਸ਼ਰੂਮ ਵਗੈਰਾ ਦੀ ਪ੍ਰੋਬਲਮ ਸਾਡੇ ਕੋਲ ਕਾਫੀ ਹੋ ਰਹੀ, ਲੇਡੀਜ਼ ਸਟਾਫ ਵੀ ਹੈ ਸਾਡੇ ਕੋਲ, ਵਾਸ਼ਰੂਮ ਵੀ ਇੰਨੇ ਕੋਈ ਸਾਫ਼ ਨਹੀਂ ਹੈਗੇ। ਹਾਂਜੀ ਹਾਂ, ਬਾਹਰ ਵੀ ਦੇਖ ਰਹੇ ਹਾਂ ਪਾਣੀ ਪੂਰੀ ਤਰ੍ਹਾਂ ਘਿਰਿਆ ਹੋਇਆ ਦਫ਼ਤਰ, ਖਪਤਕਾਰ ਜਿਹੜੇ ਬਿੱਲ ਭਰਨ ਆ ਰਹੇ ਨੇ ਉਹਨਾਂ ਨੂੰ ਵੀ ਬੜੀ ਪਰੇਸ਼ਾਨੀ ਆ ਰਹੀ ਹੈ। ਹਾਂਜੀ ਹਾਂਜੀ, ਉਹ ਵੀ ਸਾਡੇ ਕੋਲ, ਫਿਰ ਅਸੀਂ ਇੱਧਰੋਂ ਗੇਟ ਖੋਲਦੇ ਹਾਂ, ਅੰਦਰੋਂ ਬਿੱਲ ਭਰਾਉਂਦੇ ਹੈਗੇ, ਸਾਨੂੰ ਵੀ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਕੈਸ਼ ਰੂਮ ਦੇ ਵਿੱਚ ਸਾਰੇ ਦਫ਼ਤਰ ਦੇ ਵਿੱਚ ਅੰਦਰੋਂ ਆ ਕੇ ਉੱਥੇ ਭੀੜ ਵੀ ਹੋ ਜਾਂਦੀ ਹੈਗੀ, ਬੜਾ ਮੁਸ਼ਕਿਲ ਆਉਂਦਾ ਉੱਪਰ ਕੰਮ ਕਰਨਾ ਉਹਨਾਂ ਨੂੰ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਕਰਮਚਾਰੀ ਹੈਗੇ ਨੇ ਉਹ ਆਪਣੀ ਜਾਨ ਜੋਖਿਮ ਦੇ ਵਿੱਚ ਪਾ ਕੇ ਬਿਜਲੀ ਬੋਰਡ ਭਵਾਨੀਗੜ੍ਹ ਦੇ ਦਫ਼ਤਰ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਨੇ ਹੁਣੀ ਦੱਸਿਆ ਕਿ ਹੁਣੀ ਹੁਣੀ ਇੱਕ ਛੱਤ ਤੋਂ ਸਮਿੰਟ ਦਾ ਇੱਕ ਵੱਡਾ ਟੁਕੜਾ ਉੱਤਰ ਕੇ ਹੇਠਾਂ ਗਿਰਿਆ, ਅਤੇ ਸਾਡੇ ਨਾਲ ਹੋਰ ਵੀ ਇੱਥੇ ਮਹਿਲਾ ਕਰਮਚਾਰੀ ਮੌਜੂਦ ਨੇ, ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਕੀ ਦਿੱਕਤਾਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਸਾਨੂੰ ਮਨਜੀਤ ਕੌਰ ਜੀ, ਹਾਂਜੀ, ਸਾਨੂੰ ਦਿੱਕਤ ਇਹ ਹੈ ਜਦੋਂ ਬਾਰਿਸ਼ ਹੋ ਜਾਂਦੀ ਹੈ, ਸਾਰੇ ਕੰਪਿਊਟਰ ਭਿੱਜੇ ਹੋਏ ਹੁੰਦੇ ਨੇ, ਸਾਰਾ ਇਹਨਾਂ ਦਾ ਰਿਕਾਰਡ ਭਿੱਜਿਆ ਹੋਇਆ ਹੁੰਦਾ, ਫਿਰ ਸਾਨੂੰ ਦਿੱਕਤ ਬਹੁਤ ਆਉਂਦੀ ਹੈ। ਪਾਣੀ ਕੱਢਦੇ ਹਾਂ ਅਸੀਂ, ਕਾਗਜ਼ਾਂ ਨੂੰ ਸਾਫ਼ ਕਰਦੇ ਹਾਂ, ਫਿਰ ਇਹ ਕਹਿੰਦੇ ਸਾਡੇ ਕਾਗਜ਼ ਖਰਾਬ ਹੋ ਗਏ, ਅੱਖਰ ਮਿਟਦੇ ਹਾਂ, ਫਿਰ ਅਸੀਂ ਉਹਨਾਂ ਨੂੰ ਸਾਫ਼ ਕਰਦੇ ਨਾਲ ਕਰੀਏ। ਹਾਂ, ਬਹੁਤ ਜ਼ਿਆਦਾ ਹੈ ਜੀ, ਸਾਨੂੰ ਫਿਰ ਆ ਕੇ ਸਾਰੇ ਸਫਾਈ ਕਰਨੀ ਪੈਂਦੀ। ਹਾਂ, ਬਹੁਤ ਜ਼ਿਆਦਾ ਹੁੰਦਾ ਜੀ। ਹੁਣ ਹਲੇ ਤਾਂ ਚਾਰ ਦਿਨ ਹੋਏ ਨੇ ਜੀ ਸੌਣ ਦੇ, ਹਲੇ ਸਾਰਾ ਮਹੀਨਾ ਪਿਆ ਸਾਨੂੰ ਇੱਥੇ, ਇਹਨਾਂ 'ਤੇ ਇੰਨਾ ਪਾਣੀ ਆਉਂਦਾ ਜੀ, ਫਿਰ ਸਾਨੂੰ ਉਹੀ ਦਿੱਕਤ ਪੈਂਦੀ ਹੈ। ਅਸੀਂ ਤਾਂ ਜੀ ਮੰਗ ਕਰਦੇ ਹਾਂ ਜੀ, ਜੇ ਹੋਰ ਨਹੀਂ ਉੱਤੋਂ ਸੱਤ ਸਮਾਰੀ ਜਾਵੇ, ਚੱਲ ਚੋਵੇ ਨਾ,
ਤੇ ਡਿੱਗਣ ਦਾ ਦੇਖੋ ਇਹਦਾ ਕੋਈ ਪਤਾ ਹੀ ਨਹੀਂ ਹੈਗਾ, ਤਾਂ ਸਭ ਨੂੰ ਇਹ ਦਿਖਦਾ ਜੀ ਉਹ ਹੁਣ ਤਾਂ। ਹਾਂਜੀ ਹਾਂ ਹਾਂਜੀ ਹਾਂਜੀ ਕਦੇ ਵੀ ਗਿਰ ਸਕਦਾ। ਦੇਖੋ ਆਪਾਂ ਆਪਣੇ ਘਰ ਵੀ ਕੁੱਲੀ ਵੀ ਆਪਾਂ ਸਮਾਰਦੇ ਹਾਂ ਵੀ ਆਪਣੀ ਚੋਬੇ ਨਾਲ ਆਪਾਂ ਆਰਾਮ ਕਰਨਾ ਹੈ, ਹੁਣ ਸਾਰੇ ਭੈਣ ਭਾਈ ਇੰਨੇ ਔਖੇ ਹੁੰਦੇ ਨੇ ਕੋਈ ਬੈਠ ਨਹੀਂ ਸਕਦਾ ਕੁਰਸੀਆਂ ਦੇ। ਸੋ ਇਹ ਸਨ ਮਹਿਲਾ ਕਰਮਚਾਰੀ ਜੋ ਇੱਕ ਡਰ ਦੇ ਸਾਏ ਹੇਠ ਜਿਹੜੇ ਹੈਗੇ ਨੇ ਦਫ਼ਤਰ ਦੇ ਵਿੱਚ ਕੰਮ ਕਰ ਰਹੇ ਨੇ। ਇਹਨਾਂ ਦੀ ਇਹ ਡਿਮਾਂਡ ਹੈ ਕਿ ਪੰਜਾਬ ਸਰਕਾਰ ਜਾਂ ਵਿਭਾਗ ਦੇ ਉੱਚ ਅਧਿਕਾਰੀ ਇਹਨਾਂ ਦੀ ਸਾਰ ਰਹਿਣ, ਕਮ ਸੇ ਕਮ ਇਹਨਾਂ ਦੀਆਂ ਜਿਹੜੀਆਂ ਛੱਤਾਂ ਨੇ, ਖਸਤਾ ਹਾਲਤ ਛੱਤਾਂ ਨੇ, ਉਹਨਾਂ ਨੂੰ ਹੀ ਬਣਵਾ ਦਿੱਤਾ ਜਾਵੇ। ਭਵਾਨੀਗੜ੍ਹ ਤੋਂ ਵਿਕਾਸ ਮਿੱਤਲ, ਜਗਬਾਣੀ ਦੇ ਲਈ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।